ਉਧਰ ਫਿਰੋਜ਼ਪੁਰ ਵਿੱਚ ਵਿਜੀਲੈਂਸ ਦੀ ਆਰਟੀਏ ਦਫ਼ਤਰ 'ਚ ਰੇਡ ਵਿਜੀਲੈਂਸ ਵੱਲੋਂ ਰਿਕਾਰਡ ਜੋ ਹੈ ਖੰਗਾਲਿਆ ਜਾ ਰਿਹਾ ਹੈ ਪਿਛਲੇ ਦਿਨੀ ਸੰਗਰੂਰ ਵਿੱਚ ਵਿਜੀਲੈਂਸ ਨੇ ਮੋਟਰ ਵਹੀਕਲ ਇਨਸਪੈਕਟਰ ਨੂੰ ਕਾਬੂ ਕੀਤਾ ਸੀ ਜੋ ਖਬਰ ਸੰਗਰੂਰ ਫਿਰੋਜ਼ਪੁਰ ਤੋਂ ਹੈ ਫਿਰੋਜ਼ਪੁਰ ਵਿੱਚ ਵਿਜੀਲੈਂਸ ਵੱਲੋਂ ਆਰਟੀਏ ਦਫ਼ਤਰ 'ਚ ਰੇਡ ਕੀਤੀ ਗਈ ਵਿਜੀਲੈਂਸ ਵੱਲੋਂ ਰਿਕਾਰਡ ਨੂੰ ਖੰਗਾਲਿਆ ਜਾ ਰਿਹਾ ਹੈ ਪਿਛਲੇ ਦਿਨੀ ਸੰਗਰੂਰ ਵਿੱਚ ਵਿਜੀਲੈਂਸ ਨੇ ਮੋਟਰ ਵਹੀਕਲ ਇਨਸਪੈਕਟਰ ਨੂੰ ਕਾਬੂ ਕੀਤਾ ਸੀ ਫਿਰੋਜ਼ਪੁਰ ਵਿੱਚ ਵਿਜੀਲੈਂਸ ਵੱਲੋਂ ਆਰਟੀਏ ਦਫ਼ਤਰ ਵਿੱਚ ਰੇਡ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਰਿਕਾਰਡ ਨੂੰ ਖੰਗਾਲਿਆ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨੀ ਵਿਜੀਲੈਂਸ ਨੇ ਸੰਗਰੂਰ ਵਿੱਚ ਮੋਟਰ ਵਹੀਕਲ ਇਨਸਪੈਕਟਰ ਨੂੰ ਕਾਬੂ ਕੀਤਾ ਸੀ ਐਮਵੀ ਮਿੰਦਰਪਾਲ ਦੇ ਮੁਕਦਮਾ ਦਰਜ ਹੋਇਆ ਵਿਜੀਲੈਂਸ ਬਿਊਰੋ ਸੰਗਰੂਰ ਵੱਲੋਂ ਦਰਜ ਕੀਤਾ ਗਿਆ ਉਸ ਦੇ ਤਹਿਤ ਐਮਵੀ ਦੇ ਦਫ਼ਤਰ ਸਾਰਿਆਂ ਦੀ ਅਸੀਂ ਚੈੱਕ ਹੈ ਤਾਂ ਜੋ ਸਾਰਾ ਰਿਕਾਰਡ ਪੜਤਾਲ ਕਰਕੇ ਜਿਵੇਂ ਉੱਥੇ ਕੋਈ ਬੇਨਿਜ਼ਮੀਆਂ ਹੋਈਆਂ ਨੇ ਰਿਕਾਰਡ ਦੇ ਵਿੱਚ ਗੱਡੀਆਂ ਪਾਸ ਕਰਨ ਦੇ ਵਿੱਚ ਕੋਈ ਬੇਨਿਜ਼ਮੀਆਂ ਹੋਈਆਂ ਨੇ ਇਸ ਤਰ੍ਹਾਂ ਦੀ ਸ਼ਿਕਾਇਤ ਹੈ ਉਹਦੇ ਸੰਬੰਧ 'ਚ ਐਮਵੀਏ ਦਫ਼ਤਰ ਫਿਰੋਜ਼ਪੁਰ ਵੀ ਅਸੀਂ ਅਚਾਨਕ ਚੈਕਿੰਗ ਕੀਤੀ ਹੈ ਉਹਦੇ ਵਿੱਚ ਜੋ ਵੀ ਰਿਕਾਰਡ ਅਸੀਂ ਹਾਸਿਲ ਕਰਾਂਗੇ ਉਹਦੇ ਵਿੱਚ ਜੇ ਕੋਈ ਬੇਨਿਜ਼ਮੀ ਆਉਂਦੀ ਤਾਂ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ ਇਹ ਮਕਸਦ ਹੈ ਇਹਨਾਂ ਦੇ ਸ਼ਿਕਾਇਤ ਦੇ ਮੁਤਾਬਕ ਇਹ ਸੀਗਾ ਕਿ ਇੱਕ ਜਗ੍ਹਾ 'ਤੇ ਇਹਨਾਂ ਨੇ ਦਿਨ ਰੱਖੇ ਹੁੰਦੇ ਇੱਕ ਦਿਨ ਦੇ ਵਿੱਚ 24-25 ਗੱਡੀਆਂ ਆਪਾਂ ਵੱਧ ਤੋਂ ਵੱਧ ਪਾਸ ਕਰ ਸਕਦੇ ਹਾਂ ਜੇ ਫਿਜ਼ੀਕਲੀ ਚੈਕਿੰਗ ਕਰੀਏ ਪਰ ਇਹਨਾਂ ਵੱਲੋਂ 100-200 ਗੱਡੀ ਵੀ ਚੈੱਕ ਕੀਤੀ ਜਾਂਦੀ ਸੀ ਜੋ ਕਿ ਇੰਪੋਸੀਬਲ ਹੈ ਇਹ ਚੀਜ਼ਾਂ ਸੀ ਇਹਨਾਂ ਦੀਆਂ ਉਹ ਸਾਰਾ ਅਸੀਂ ਰਿਕਾਰਡ ਖੰਗਾਲ ਕੇ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ